लखा सिधाना जी, अज सवेरे दिलप्रीत सिंह बाबा वालों बीपी ग्रवाल नूं फिर तो धमकी दी गई है। इस तो पहला दिलप्रीत बाबे ते आरोप लग रहा है, परमेश वर्मा ते भी गोली चलाई गई थी, गैंगस्टर कह के दिलप्रीत बाबा नूं बुलाया जा रहा है। तुसी इस राह ते किसे वेले चलदे सीगे, हुण जिहड़ा लगातार गायकां नूं धमकियां मिलना, की कहना चाहुंदे तुसी? देखो जी, पहली गल तां इह आ कि किसे नूं वी इस तरां धमकी देणा ओह ठीक नहीं हैगा। दूजी गल जिहड़ी हैगी आ कि कहिंदे हुंदे वी जिहो जिहा बीजोगे उहो जिहा वढोंगे जी। जे हुण गायकां ने उहो जिहा कल्चर उहो जिहा माहौल उही जे गीत गाउणे हथियारां वाले बंदूकां वाले है ना, तां फिर तुहानूं पता उहो जिही जिहड़ी नौजवान पीढ़ी ते असर वी पैंदा इहनां। जिहड़ियां धमकियां मिल रहियां ने तुहाडे हिसाब नाल धमकियां देण वाले दा कसूर नहीं है, गायकां दा कसूर है? नहीं देखो, मैं गल कहनी चाहना कि जेडे गायक ने कसूर नहीं, मैं कह रहा, मैं ये गल कह रहा कि किते ना किते जेड़ा गैंगवार नू जां जेड़ा गैंगस्टर कल्चर है इनू बढ़ावा देन दे विच इनू वधाउण दे विच गायकां दा भी हथ रहा है। नशाखोरी नू वधाउणा जां हथियारां नू प्रमोट करना, हुण तुसीं देख लो, मैनूं समझ नहीं आउंदी वी इह गीतां इहदा बहुत कुछ करदे ने। ਅਸੀਂ ਬੰਦੇ ਮਾਰ ਦਿੰਦੇ ਆ, ਅਸੀਂ ਘਰਾਂ ਤੋਂ ਕੁੜੀਆਂ ਚੱਕ ਲਿਆਉਂਦੇ ਹੁੰਦੇ ਆ, ਹੁਣ ਇੱਕ ਫੋਨ ਵੀ ਨੀ ਚੱਲਿਆ ਗਿਆ, ਸਿੱਧੀ ਮਰੋੜੇ ਵੀ ਲੱਗ ਗਏ ਹਨਾ। ਜਾਂ ਤਾਂ ਉਹੋ ਜਿਹਾ ਬੰਦਾ ਨਾ, ਜਿੰਨੀ ਬੰਦੇ ਚ ਆਦਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਉਨੀ ਕੁ ਕਰੋ। ਵੈਸੇ ਠੀਕ ਨੀ ਹੈਗਾ ਜੇ ਕਿਸੇ ਨੂੰ ਧਮਕੀ ਇਸ ਤਰ੍ਹਾਂ ਦਹਾਨੇ ਵਿੱਚ ਦਿੱਤੀ ਗਈ ਹੈ, ਪਰ ਇਹਨਾਂ ਦੀ ਮੈਂ ਮੰਨਦਾ, ਮੈਂ ਨਿਰਾਪੁਰਾ ਨੀ ਕਹਿੰਦਾ ਵੀ ਨਿਰਾਪੁਰਾ ਇਹਨਾਂ ਦਾ ਹੱਥ ਹੈਗਾ, ਜਿਹੜਾ ਵੀ ਗੈਂਗਸਟਰ ਕੋਈ ਕਲਚਰ ਹੈਗਾ ਪੰਜਾਬ ਦੇ ਵਿੱਚ, ਪਰ ਕੁਛ ਹੱਦ ਤੱਕ ਇਹਨਾਂ ਦਾ ਹੱਥ ਹੈਗਾ ਇਹਨੂੰ ਵਧਾਉਣ ਦੇ ਵਿੱਚ। ਕਿੱਦਾਂ ਰੋਕਿਆ ਜਾ ਸਕਦਾ ਇਹਨੂੰ? ਜਿਹੜੇ ਗੈਂਗਸਟਰ ਜੋ ਜੁਰਮ ਦੇ ਰਾਹ ਤੇ ਚੱਲ ਰਹੇ ਨੇ ਉਹ ਤੇ ਆਪਣੀ ਮਰਜ਼ੀ ਨਾਲ ਚੱਲ ਰਹੇ ਨੇ, ਗਾਇਕ ਤੇ ਨਹੀਂ ਕਹਿੰਦੇ ਹੋਣਗੇ ਆਪਣੇ ਗੀਤਾਂ ਚ ਰਾਹੀ ਕਿ ਇਹ ਇਸ ਰਾਹ ਤੇ ਨੌਜਵਾਨਾਂ ਨੂੰ ਚੱਲਣਾ ਚਾਹੀਦਾ, ਪਰ ਹੁਣ ਲਗਾਤਾਰ ਜਿਹੜੀਆਂ ਧਮਕੀਆਂ ਆ ਰਹੀਆਂ ਨੇ ਉਹ ਕਿਵੇਂ ਰੋਕਿਆ ਜਾ ਸਕਦਾ? ਮੈਨੂੰ ਐਂ ਦੱਸੋ ਕਿਹੜਾ ਗਾਇਕ ਹੈ, ਜਿਹੜੇ ਗਾਇਕ ਨੇ ਇਹੋ ਜਿਹਾ ਗੀਤ ਨਹੀਂ ਗਾਇਆ? ਕੋਈ ਤਾਂ ਕਹਿੰਦਾ ਮੈਂ ਉੱਥੇ ਗੋਲੀ ਚਲਾ ਦੇਣਾ ਜਿੱਥੇ ਸਹਿਬ ਦੀ ਪਾਬੰਦੀ ਹੁੰਦੀ ਹੈ, ਕੋਈ ਕਹਿੰਦਾ ਮੈਂ ਬੰਦਾ ਮਾਰ ਕੇ ਕਸੂਰ ਪਾਉਂਦਾ, ਕੋਈ ਕਹਿੰਦਾ ਜੇਲ੍ਹਾਂ ਚ ਫੋਨ ਆਉਣਗੇ। ਮੈਨੂੰ ਐਂ ਦੱਸੋ ਕਿਹੜਾ ਇੱਕ ਵੀ ਹੁਣ ਨਵੇਂ ਗੀਤ ਸੁਣ ਲਓ, ਜਿਹੜੀ ਆਈ ਆ ਕੀ ਨਾਂ ਗਾਉਣ ਵਾਲੀ ਦਾ, ਉਹ ਕਹਿੰਦੀ ਮੈਂ ਪਤਾ ਨੀ ਕਿਸੇ ਨਾਲ ਮੰਗੀ ਹੋਈ ਆ, ਕੁੜੀਆਂ ਵੀ ਡਰਦੀਆਂ ਨੇ ਪਤਾ ਨੀ ਮੇਰੇ ਨਾਲ ਦੀਆਂ, ਇਹੋ ਜਿਹਾ ਗੀਤ ਆਇਆ। ਲੱਖਾ ਸੁਦਾਨਾ ਜੀ, ਜੋ ਗੀਤ ਜੋ ਇਹ ਗਾਇਕ ਨੇ ਜੋ ਗੀਤ ਗਾਉਂਦੇ ਨੇ ਉਹਨਾਂ ਨੂੰ ਪੰਜਾਬ ਦੀ ਜਨਤਾ ਹੀ ਪਸੰਦ ਕਰਦੀ ਹੈ, ਉਸ ਤੋਂ ਬਾਅਦ ਇਹ ਮਸ਼ਹੂਰ ਵੀ ਹੋ ਜਾਂਦੇ ਨੇ। ਮੇਰਾ ਸਵਾਲ ਹੈ ਕਿ ਜੇਕਰ ਗਾਇਕ ਸੁਣੋ, ਇੱਕ ਪਹਿਲਾਂ ਮੇਰੀ ਗੱਲ ਦਾ ਜਵਾਬ ਸੁਣ ਲਓ, ਇਹਦਾ ਜਨਤਾ ਸੁਣਦੀ ਹੈ, ਇਹ ਜ਼ਰੂਰੀ ਨੀ ਹੈਗਾ ਜਨਤਾ ਚੰਗਿਆਂ ਨੂੰ। ਸਾਡਾ ਸਵਾਲ ਕੰਟੈਂਟ ਨੂੰ, ਆਪਾਂ ਕਿਸ ਤਰ੍ਹਾਂ ਦੇ ਗੀਤ ਆ ਰਹੇ ਨੇ। ਮੇਰਾ ਸਵਾਲ ਤੁਹਾਨੂੰ ਹੈ ਕਿ ਜੇਕਰ ਗਾਇਕ ਅਜਿਹੇ ਗੀਤ ਗਾਣਾ ਛੱਡ ਦੇਣਗੇ ਤੇ ਕੀ ਇਹ ਜਿਹੜਾ ਜੁਰਮ ਹੈ ਜਿਹੜੇ ਗੈਂਗਸਟਰ ਪੈਦਾ ਹੋ ਰਹੇ ਨੇ ਉਹ ਰੁਕ ਜਾਣਗੇ? ਦੇਖੋ ਜੀ, ਇਹ ਇੱਕ ਵੱਖਰਾ ਸਵਾਲ ਹੈ ਕਿ ਗੈਂਗਸਟਰ ਪੈਦਾ ਕਿਉਂ ਹੋ ਰਹੇ ਨੇ, ਇਹਦੀ ਜੜ ਲੱਭਣ ਦੀ ਲੋੜ ਹੈ। ਇਹ ਇੱਕ ਕਾਰਨ ਨਹੀਂ ਹੈਗਾ ਕਿ ਗੈਂਗਸਟਰ ਕਿਉਂ, ਬੇਰੁਜ਼ਗਾਰੀ ਕਾਰਨ ਹੈ, ਨਸ਼ਾ ਵੀ ਇਹਦਾ ਕਾਰਨ ਹੈ, ਜਿਹੜੀ ਨੌਜਵਾਨੀ ਹੈ ਆਪ ਮੁਹਾਰੇ ਹੋਈ ਫਿਰਦੀ ਹੈ, ਨਹੀਂ ਕੋਈ ਰਾਹ ਲੱਭਦਾ। ਜਿਹੜਾ ਬੰਦਾ ਹੁਣ ਤੁਸੀਂ ਦੇਖ ਲਓ, ਪੜ੍ਹੇ ਲਿਖੇ ਮੁੰਡੇ ਨੇ, ਸਪੋਰਟਸ ਵਾਲੇ ਬਹੁਤ ਜ਼ਿਆਦਾ, ਜਿਹੜੇ ਸਪੋਰਟਸ ਵਾਲੇ ਚੰਗੇ ਸਪੋਰਟਸਮੈਨ ਸੀਗੇ ਉਹ ਵੀ ਇਸ ਲਾਈਨ ਚ ਆਏ। ਹੁਣ ਇਹ ਚੰਗਾ ਸਪੋਰਟਸਮੈਨ ਕਿਤੇ ਭਰਤੀ ਹੋ ਕੇ ਸਿਲੈਕਟ ਹੋਇਆ ਹੁੰਦਾ, ਕਿਉਂ ਇਹ ਰਾਹ ਅਪਣਾਉਂਦਾ? ਸੋ ਇਹ ਬਹੁਤ ਕਾਰਨ ਹੈਗੇ, ਇੱਕ ਕਾਰਨ ਨੀ ਹੈਗਾ ਵੀ ਪੰਜਾਬ ਦੇ ਵਿੱਚ ਗੈਂਗਸਟਰ ਕਿਉਂ। ਮੈਂ ਇਹ ਤਰਫਦਾਰੀ ਨੀ ਕਰਦਾ ਗੈਂਗਸਟਰਾਂ ਦੀ, ਗੈਂਗਸਟਰ ਮੈਂ ਕਹਿੰਦਾ ਮਾੜੀ ਗੱਲ ਹੈ ਜੇ ਪੰਜਾਬ ਦੇ ਮੁੰਡੇ ਗੈਂਗਵਾਰ ਦੇ ਰਾਹ ਪੈ ਗਏ। ਤੁਸੀਂ ਦੇਖੋ ਵੀ ਪਿਛਲੇ ਮਹੀਨਿਆਂ ਦੇ ਵਿੱਚ ਕਿੰਨੇ ਗੈਂਗਸਟਰ ਜਿਹੜੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ, ਨਹੀਂ ਮਰਨੇ ਚਾਹੀਦੇ ਸੀ, ਕਿਉਂ ਪੰਜਾਬ ਦੇ ਮੁੰਡੇ ਮਾਰੇ ਜਾ ਰਹੇ ਨੇ, ਮਾੜਾ ਕੰਮ ਹੈ। ਪਰ ਮੈਂ ਕਹਿੰਦਾ ਵੀ ਗਾਇਕਾਂ ਦਾ ਵੀ ਇਹਦੇ ਵਿੱਚ ਪਿੱਛੇ ਨਾ ਕੋਈ ਹੱਥ ਹੈਗਾ, ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਜੋ ਜਨਤਾ ਡਿਮਾਂਡ ਕਰਦੀ ਹੈ ਉਹ ਗਾਉਂਦੇ ਆ, ਜਾਂ ਤਾਂ ਚੰਗੇ ਨੂੰ ਕੀ ਸੁਣਦੀ ਨੀ। ਹੁਣ ਜਿਹੇ ਜੀ ਤੁਸੀਂ ਦੇਖੋ, ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ ਕਿ ਕੋਈ ਫਿਲਮ ਹੈ, ਕੋਈ ਨਾਟਕ ਹੈ, ਕੋਈ ਗੀਤ ਹੈ, ਉਹਨੇ ਕਿਸੇ ਵੀ ਸੱਭਿਆਚਾਰ ਦੀ ਨੁਮਾਇੰਦਗੀ ਕਰਨੀ ਹੁੰਦੀ ਆ, ਸ਼ੀਸ਼ਾ ਹੁੰਦੇ ਨੇ ਸਮਾਜ ਦਾ, ਦਿਖਾਉਣਾ ਹੁੰਦਾ ਆਪਦੇ ਸਮਾਜ ਨੂੰ, ਲੋਕਾਂ ਦੇ ਵਿੱਚ ਪ੍ਰਚਾਰ ਨਾ ਹੁੰਦਾ ਕਿਹੋ ਜਿਹਾ ਉੱਥੋਂ ਦੇ ਲੋਕਾਂ ਦਾ ਕਲਚਰ ਹੈ ਜੀ, ਤੇ ਇਹ ਹੁਣ ਕਿਹੋ ਜਿਹਾ ਕਲਚਰ ਸਾਡਾ ਪੇਸ਼ ਕਰ ਰਹੇ ਨੇ, ਤੁਸੀਂ ਇਹ ਦੱਸੋ। ਕੁੜੀਆਂ ਇਸ ਗੱਲ ਤੇ ਮਾਣ ਕਰਦੀਆਂ ਵੀ ਮੇਰੀਆਂ ਸਹੇਲੀਆਂ ਡਰਦੀਆਂ, ਮੈਂ ਤਾਂ ਬੈਲੀ ਨਾ ਮੰਗੀ ਹੋਈ ਹੈ, ਪੰਜਾਬ ਦੀਆਂ ਕੁੜੀਆਂ ਹੁਣ ਇਹ ਜੀਆਂ ਨੇ। ਲੱਖਾ ਸੁਦਾਨਾ ਜੀ, ਇਹ ਫੈਸਲਾ ਅਸੀਂ ਪੰਜਾਬ ਦੀ ਜਨਤਾ ਤੇ ਛੱਡ ਦਿੰਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਦਾ ਗੀਤ, ਉਹਨਾਂ ਨੂੰ ਕਿਸ ਤਰ੍ਹਾਂ ਦਾ ਗੀਤ ਪਰੋਸਿਆ ਜਾਣਾ ਚਾਹੀਦਾ ਤੇ ਉਹ ਕਿਸ ਤਰ੍ਹਾਂ ਦਾ ਪਸੰਦ ਕਰ ਰਹੇ, ਜੋ ਜੋ ਨੌਜਵਾਨ ਹੁਣ ਇਸ ਰਾਹ ਤੇ ਜ਼ੁਲਮ ਦੀ ਰਾਹ ਤੇ ਚੱਲ ਰਹੇ ਨੇ, ਉਹਨਾਂ ਦਾ ਲੱਖਾ ਸੁਦਾਨਾ ਵੱਲੋਂ ਉਹਨਾਂ ਨੂੰ ਕੀ ਮੈਸੇਜ ਹੈ ਇਸ ਵੇਲੇ ਦੈਨਿਕ ਸਵੇਰਾ ਟੀਵੀ ਦੇ ਜ਼ਰੀਏ? ਦੇਖੋ ਜੀ, ਮੈਸੇਜ ਤਾਂ ਮੈਂ ਹਰ ਟੀਵੀ ਚੈਨਲ ਤੇ, ਚਾਹੇ ਉਹ ਸਟੇਜ ਹੋਵੇ ਜਾਂ ਕਿਤੇ ਵੀ ਮੈਂ ਕੋਈ ਗੱਲਬਾਤ ਕਰਦਾ ਹੋਵਾਂ, ਮੈਂ ਹਮੇਸ਼ਾ ਇਹ ਕਿਹਾ ਵੀ ਇਹ ਰਾਹ ਬਹੁਤ ਮਾੜਾ,
ये राह सीधा मौत वाल ले जांदा नहीं साडे नौजवानां नूं ये राह ते तुरना चाहीदा माड़ा राह मैं तां बथेरे जिहड़े नौजवान मुंडे आ कोई मैनूं मिलदे जी उहनां नूं मैं समझाउंदा वी नहीं यार ये राह बहुत माड़ा ते मेरियां गल्लां तों प्रेरित होके जिहड़े बहुत मुंडे ये राह दे विच हले शुरुआत ही कीती सी तुरन दी ते पिछे वी हटे ने सो मेरा तां इही सुनेहा वी नहीं यार ये राह बहुत माड़ा नहीं जाणा जी लक्का सिद्धाणा जी दैनिक सवेरा टीवी नाल गल्लबात करन लई बहुत बहुत धन्यवाद।